ਬੱਸਾਂ ਦੇ ਬਾਡੀਆਂ ਦੇ ਸਵਾਲ ਹੁੰਦੇ ਆ, ਬੱਸਾਂ ਦੀ ਬਾਡੀ ਦੀ ਇਨਕੁਆਇਰੀ ਨਹੀਂ ਹੁੰਦੀ। ਔਰ ਇਹ ਮੇਰੇ ਸਵਾਲ ਨਹੀਂ, ਭਗਵੰਤ ਮਾਨ ਨੇ ਫਲੋਰ ਆਫ ਦੀ ਹਾਊਸ 'ਚ ਕੀ ਕਿਹਾ ਕਿ ਮੈਨੂੰ ਪਤਾ ਤੂੰ ਕਿੰਨੀਆਂ ਬਾਡੀਆਂ 'ਚੋਂ ਪੈਸੇ ਖਾਧੇ ਆ, ਮਗਰ ਇਟ ਸਟੋਪਸ ਦੇਰ। ਸੁੱਕੀ ਨੂੰ ਫਿਕਸਡ ਮੈਚ ਕਹੋਗੇ ਕਿ ਨਹੀਂ ਕਹੋਗੇ? ਔਰ ਦੂਜੀ ਗੱਲ, ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ, ਉਹਦੇ ਅੱਜ ਖਬਰ ਵੀ ਲੱਗੀ ਆ, ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ, ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਦੇ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਹਾਂਜੀ ਸੁਣਾ ਦਿਆਂਗੇ, ਕਾਲੇ ਨਾ ਪਿਆ ਕਰੋ, ਸਾਰਾ ਕੁਝ ਤੁਹਾਡੇ ਕੋਲ ਹੀ ਆਉਣਾ, ਤੁਹਾਡੇ ਬਗੈਰ ਤਾਂ ਸਾਡੀ ਵੀ ਗਤੀ ਨਹੀਂ। ਤੁਹਾਨੂੰ ਸੁਣਾਉਣ ਵਾਸਤੇ ਲਿਆਇਆ, ਤੁਹਾਨੂੰ ਸੁਣਾਉਣ ਵਾਸਤੇ ਗੱਲ ਕੀਤੀ ਆ। ਸੁਣਾ ਦੇਣਾ, ਤੁਸੀਂ ਸਵਾਲ ਸਵੂਲ ਪੁੱਛ ਲਓ, ਕਿਉਂਕਿ ਫਿਰ ਤੁਸੀਂ ਆਡੀਓ 'ਚ ਮਸਤ ਹੋ ਜਾਣਾ। ਹਾਂਜੀ ਚਲੋ, ਤੁਸੀਂ ਇਨਸਿਸਟ ਕਰਦੇ ਹੋ ਤਾਂ ਮੈਂ ਸੁਣਾ ਦੇਣਾ। ਆਡੀਓ ਦੇ ਹਿੱਸੇ ਤਾਂ ਕਈ ਨੇ, ਇੱਕੋ ਹਿੱਸਾ ਸੁਣਾਊਂਗਾ ਅੱਜ, ਕਿਉਂਕਿ ਇੱਕ ਨਾਲ ਹੀ ਕੰਮ ਚਲਾਓ ਅੱਜ। ਇਹ ਨਾ ਤੁਹਾਨੂੰ ਸੁਣਨੀ ਨਹੀਂ, ਮੈਂ ਤੁਹਾਨੂੰ ਸੈਂਡ ਹੀ ਕਰ ਦੇਣਾ, ਕੰਮ ਦੀ ਗੱਲ ਸੁਣਾ ਦੇਣਾ ਅਖੀਰ 'ਚ ਫਿਕਸਡ ਮੈਚ ਵਾਲੀ। ਤੁਹਾਨੂੰ ਸੁਣਾ ਦਿਆਂਗਾ, ਜੇ ਮੇਰੀ ਤਸੱਲੀ ਹੈ ਤੁਹਾਡੀ ਤਾਂ ਹੋ ਹੀ ਜਾਊਗੀ, ਮੈਂ ਤਸੱਲੀ ਬਗੈਰ ਕੋਈ ਚੀਜ਼ ਲਿਆਉਂਦਾ ਨਹੀਂ। ਉਹ ਆਪ ਦੇਖੋ, ਆਮ ਆਦਮੀ ਪਾਰਟੀ ਦਾ MLA ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਆ, ਸਾਡਾ ਤਾਂ ਕੈਂਡੀਡੇਟ ਏਡਾ ਨਿਕੰਮਾ ਦਿੱਤਾ, ਉਹ ਆਪ ਹੀ ਨਿਕੰਮਾ ਕਹੀ ਜਾਂਦੇ ਹੋ, ਮੇਰੇ ਤਾਂ ਕਹਿਣ ਦੀ ਲੋੜ ਨਹੀਂ। ਬੱਸਾਂ ਦੇ ਬਾਡੀਆਂ ਦੇ ਸਵਾਲ ਹੁੰਦੇ ਆ, ਬੱਸਾਂ ਦੀ ਬਾਡੀ ਦੀ ਇਨਕੁਆਇਰੀ ਨਹੀਂ ਹੁੰਦੀ। ਔਰ ਇਹ ਮੇਰੇ ਸਵਾਲ ਨਹੀਂ, ਭਗਵੰਤ ਮਾਨ ਨੇ ਫਲੋਰ ਆਫ ਦੀ ਹਾਊਸ 'ਚ ਕੀ ਕਿਹਾ ਕਿ ਮੈਨੂੰ ਪਤਾ ਤੂੰ ਕਿੰਨੀਆਂ ਬਾਡੀਆਂ 'ਚੋਂ ਪੈਸੇ ਖਾਧੇ ਆ, ਮਗਰ ਇਟ ਸਟੋਪਸ ਦੇਰ। ਸੁੱਕੀ ਨੂੰ ਫਿਕਸਡ ਮੈਚ ਕਹੋਗੇ ਕਿ ਨਹੀਂ ਕਹੋਗੇ? ਔਰ ਦੂਜੀ ਗੱਲ, ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ, ਉਹਦੇ ਅੱਜ ਖਬਰ ਵੀ ਲੱਗੀ ਆ, ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ, ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਦੇ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਹਾਂਜੀ ਸੁਣਾ ਦਿਆਂਗੇ, ਕਾਲੇ ਨਾ ਪਿਆ ਕਰੋ, ਸਾਰਾ ਕੁਝ ਤੁਹਾਡੇ ਕੋਲ ਹੀ ਆਉਣਾ, ਤੁਹਾਡੇ ਬਗੈਰ ਤਾਂ ਸਾਡੀ ਵੀ ਗਤੀ ਨਹੀਂ। ਤੁਹਾਨੂੰ ਸੁਣਾਉਣ ਵਾਸਤੇ ਲਿਆਇਆ, ਤੁਹਾਨੂੰ ਸੁਣਾਉਣ ਵਾਸਤੇ ਗੱਲ ਕੀਤੀ ਆ। ਸੁਣਾ ਦੇਣਾ, ਤੁਸੀਂ ਸਵਾਲ ਸਵੂਲ ਪੁੱਛ ਲਓ, ਕਿਉਂਕਿ ਫਿਰ ਤੁਸੀਂ ਆਡੀਓ 'ਚ ਮਸਤ ਹੋ ਜਾਣਾ। ਹਾਂਜੀ ਚਲੋ, ਤੁਸੀਂ ਇਨਸਿਸਟ ਕਰਦੇ ਹੋ ਤਾਂ ਮੈਂ ਸੁਣਾ ਦੇਣਾ। ਆਡੀਓ ਦੇ ਹਿੱਸੇ ਤਾਂ ਕਈ ਨੇ, ਇੱਕੋ ਹਿੱਸਾ ਸੁਣਾਊਂਗਾ ਅੱਜ, ਕਿਉਂਕਿ ਇੱਕ ਨਾਲ ਹੀ ਕੰਮ ਚਲਾਓ ਅੱਜ। ਇਹ ਨਾ ਤੁਹਾਨੂੰ ਸੁਣਨੀ ਨਹੀਂ, ਮੈਂ ਤੁਹਾਨੂੰ ਸੈਂਡ ਹੀ ਕਰ ਦੇਣਾ, ਕੰਮ ਦੀ ਗੱਲ ਸੁਣਾ ਦੇਣਾ ਅਖੀਰ 'ਚ ਫਿਕਸਡ ਮੈਚ ਵਾਲੀ।
ਤੁਹਾਨੂੰ ਸੁਣਾ ਦਿਆਂਗਾ ਜੇ ਮੇਰੀ ਤਸੱਲੀ ਹੈ ਤੁਹਾਡੀ ਤਾਂ ਹੋ ਹੀ ਜਾਊਗੀ। ਮੈਂ ਤਸੱਲੀ ਬਗੈਰ ਕੋਈ ਚੀਜ਼ ਲਿਆਉਂਦਾ ਨਹੀਂ। ਉਹ ਆਪ ਦੇਖੋ ਆਮ ਆਦਮੀ ਪਾਰਟੀ ਦਾ MLA ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਆ, ਸਾਡਾ ਤਾਂ ਕੈਂਡੀਡੇਟ ਏਡਾ ਨਿਕੰਮਾ ਦਿੱਤਾ। ਉਹ ਆਪ ਹੀ ਨਿਕੰਮਾ ਕਹੀ ਜਾਂਦੇ ਹੋ, ਮੇਰੇ ਤਾਂ ਕਹਿਣ ਦੀ ਲੋੜ ਨਹੀਂ।